ਹਾਈ ਕੋਰਟ ਦੀ ਵੀ ਗੱਲ ਕਰ ਲਈਏ ਵੈਸੇ ਅਸੀਂ ਕਾਨੂੰਨ ਦੀ ਗੱਲ ਕੀਤੀ ਸੀ ਤਾਂ ਹਾਈ ਕੋਰਟ ਦੇ ਵਿੱਚ ਵੀ ਬਾਰੇ ਮਾਮਲੇ ਲਟਕੇ ਹੋਏ ਆ ਜੱਜ ਵੀ ਪਰੇਸ਼ਾਨ ਆ ਲੋਕ ਤਾਂ ਪਰੇਸ਼ਾਨ ਹੋਣੀ ਹੋਣੇ ਆ ਜਿਹੜਿਆਂ ਨੂੰ ਧਾਕੇ ਹੋ ਗਿਆ ਕਈ ਕਈ ਵਿਚਾਰੇ ਐਨਆਰਆਈ ਹੋਣਗੇ ਇਸ ਤਰ੍ਹਾਂ ਦੇ ਪਰੇਸ਼ਾਨੀ ਆ ਇਧਰਲੇ ਸਾਡੇ ਪੰਜਾਬੀ ਵੀ ਪੀੜਤ ਨੇ ਦੇ ਤਾਂ ਉਹ ਇੰਤਜ਼ਾਰ ਕਰਦੇ ਪਏ ਕਿ ਸਾਨੂੰ ਇਨਸਾਫ ਮਿਲ ਜੇ ਸਾਡਾ ਕੇਸ ਹਾਈ ਕੋਰਟ ਦੇ ਵਿੱਚ ਚੱਲਦਾ ਪਿਆ ਕਿਸੇ ਨੂੰ 10 ਸਾਲ ਹੋ ਗਿਆ ਕਿਸੇ ਨੂੰ 12 ਸਾਲ ਹੋ ਗਿਆ ਕਿਸੇ ਨੂੰ ਜ਼ਿਆਦਾ ਵੀ ਹੋ ਸਕਦਾ ਸਮਾਂ ਇਸ ਤੋਂ ਪਰ ਉਧਰੋਂ ਜੱਜ ਆਪਣਾ ਤਰਕ ਦਿੰਦੇ ਪਏ ਆ ਜੀ ਇਹ ਫਿਰ ਪੈਂਡੈਂਸੀ ਮੁੱਕੇਗੀ ਕਿਦਾਂ ਇਹ ਮਾਮਲੇ ਦੇ ਇਹ ਸਾਰੇ ਇੰਡੀਆ ਦੀ ਸਮੱਸਿਆ ਹੈ ਜੇ ਤੁਸੀਂ ਸਾਰੀ ਇੰਡੀਆ ਦਾ ਡਾਟਾ ਚੱਕ ਕੇ ਦੇਖ ਲੋਗੇ ਜੀ ਕੋਈ ਔਖਾ ਨਹੀਂ ਹੁੰਦਾ ਡਾਟਾ ਹਾਸਲ ਕਰਨਾ ਅੱਜ ਕੱਲ ਬਹੁਤ ਆਸਾਨੀ ਦੇ ਨਾਲ ਇਸ ਨੂੰ ਲੱਭਿਆ ਜਾ ਸਕਦਾ ਹੈ ਸੁਪਰੀਮ ਕੋਰਟ ਦਾ ਵੀ ਹਾਲੇ ਹੋਈ ਹੋਏਗਾ ਨਹੀਂ ਨਹੀਂ ਸੁਪਰੀਮ ਕੋਰਟ ਦਾ ਨਹੀਂ ਹੈ ਜੀ ਸੁਪਰੀਮ ਕੋਰਟ ਚ ਪੈਂਡੈਂਸੀ ਇੰਨੀ ਨਹੀਂ ਜ਼ਿਆਦਾ ਹੁੰਦੀ ਜੀ ਕਿਉਂ ਕਿ ਕਿਤੇ ਆ ਕਿ ਉੱਥੇ ਜਿਆਦਾ ਸੀਟਾਂ ਜਿਹੜੀਆਂ ਖਾਲੀ ਨਹੀਂ ਹੁੰਦੀਆਂ ਜੀ ਸਾਡੇ ਇਧਰ ਹਾਂ ਜੀ 35 35 ਹੁੰਦੇ ਨੇ ਜੀ ਜਿਹੜੇ ਮਨਜ਼ੂਰਸ਼ੁਦਾ ਹੈ ਜੱਜ ਜੀ ਤਾਂ ਲਾਲੂ 30 32 ਤਾਂ ਹਰ ਟਾਈਮ ਰਹਿੰਦੇ ਨੇ ਜੀ ਤਾਂ ਉਹਨਾਂ ਦੀ ਰਫ਼ਤਾਰ ਥੋੜੀ ਅਲੱਗ ਕਿਸਮ ਦੀ ਹੈ ਉਹਨਾਂ ਦੀ ਰਜਿਸਟਰੀ ਵਗੈਰਾ ਉਹਨਾਂ ਦੇ ਪ੍ਰਬੰਧ ਵਧੀਆ ਨੇ ਹਾਂ ਉੱਥੇ ਵੀ ਪੈਂਡੈਂਸੀ ਜਿੰਨੀ ਘਟੂਣੀ ਚਾਹੀਦੀ ਇੰਨੀ ਨਹੀਂ ਹੈ ਨਹੀਂ ਹੈ ਕਿਉਂ ਕਿ ਜਿੱਦਾਂ ਜਿੱਦਾਂ ਪੜ੍ਹਾਈ ਲਿਖਾਈ ਵੱਧਦੀ ਹੈ ਸਮਾਜ ਦੇ ਵਿੱਚ ਜਿੱਦਾਂ ਜਿੱਦਾਂ ਸਰਕਾਰ ਜਿਹੜੀ ਹੈ ਉਹ ਕੁਝ ਮਤਲਬ ਕਿ ਫਿਰਕੂ ਸੋਚ ਨਾਲ ਚੱਲਦੀ ਹੈ ਔਰ ਇੱਕ ਐਸਾ ਦੇਸ਼ ਜਿਹਦੇ ਵਿੱਚ ਵਨਸੂਨਤਾ ਹੈ ਉਹਦੇ 'ਚ ਫਿਰ ਜ਼ਿਆਦਾ ਕੇਸ ਸੁਪਰੀਮ ਕੋਰਟ 'ਚ ਜਾਂਦੇ ਨੇ ਕੋਈ ਫੰਡਾਮੈਂਟਲ ਰਾਈਟਸ ਨਾਲ ਜੁੜਿਆ ਹੈ ਕੋਈ ਕਾਨੂੰਨ ਬਣਾਇਆ ਨਾਲ ਜੁੜਿਆ ਆਪਾਂ ਦੇਖ ਰਹੇ ਹਾਂ ਨਾ ਕਿੰਨੇ ਫੈਸਲੇ ਆ ਰਹੇ ਥੜਾ ਥੜਾ ਜੀ 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 ਤਾਂ ਇਹ ਗਿਣਤੀ ਹੈਗੀ ਆ ਓਵਰ ਆਲ ਜੇ ਤੁਸੀਂ ਇੰਡੀਆ ਦੀ ਦੇਖੋਗੇ ਸਿਵਲ ਕੇਸਾਂ ਦੀ ਇਹ ਜਿਹੜੀ 1 ਕਰੋੜ 9 ਲੱਖ 73100 ਜੀ ਕ੍ਰਿਮੀਨਲ ਕੇਸਾਂ ਦੀ ਹੈਗੀ ਆ 3 ਕਰੋੜ 22 ਲੱਖ 50 ਹਜ਼ਾਰ 777 ਜੀ ਟੋਟਲ ਬਣਦੇ ਆ 4 ਕਰੋੜ 32 ਲੱਖ 23 ਹਜ਼ਾਰ 877 ਕੇਸ ਜੀ ਐਨੇ ਕੇਸ ਕੇ ਸ਼ਾਇਦ ਕਈ ਮੁਲਕਾਂ ਦੀ ਦੁਨੀਆ ਦੇ ਵਿੱਚ ਇੰਨੀ ਵੱਸੋ ਨਹੀਂ ਹੋਣੀ ਜਿੰਨੇ ਇਥੇ ਕੇਸ ਪੈਂਡਿੰਗ ਹਾਂਜੀ ਇਹ ਸਿਰਫ ਆਪਾਂ ਸਿਵਲ ਤੇ ਕ੍ਰਿਮੀਨਲ ਦੀ ਗੱਲ ਕਰ ਰਹੇ ਹਾਂ ਜੀ ਔਰ ਜੇ ਤੁਸੀਂ ਦੇਖੋਗੇ ਇਹਦੇ ਵਿੱਚ ਹੁਣ ਸਾਡੇ ਹਾਈ ਕੋਰਟ ਦਾ ਮਾਮਲਾ ਜਿਹੜਾ ਕਿ ਪਿਛਲੇ ਦਿਨੀ ਇੱਕ ਅਖਬਾਰ ਦੇ ਵਿੱਚ ਵੀ ਛਪਿਆ ਹੈ ਕਿ ਇੱਥੇ ਪੈਂਡੈਂਸੀ ਕਿੰਨੀ ਹੈ ਔਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹ ਕੋਈ ਅੰਕੜੇ ਲੱਭਣੇ ਕੋਈ ਜਾਦੂਗਰੀ ਨਹੀਂ ਹੈ ਇਜ਼ੀ ਹੈ ਤੇ ਇਹਨਾਂ ਦਾ ਮਤਲਬ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਔਨ ਰਿਕਾਰਡ ਪਈਆਂ ਜਦੋਂ ਵੀ ਕਿਤੇ ਤੁਹਾਡਾ ਟਾਈਮ ਲੱਗੇ ਕਿਸੇ ਵੀਲੇ ਵੀ ਕੋਈ ਜਗਿਆਸਾ ਉੱਠੇ ਆਰਾਮ ਨਾਲ ਤੁਸੀਂ ਐਕਸੈਸ حاصل ਕਰ ਸਕਦੇ ਹੋ ਇਹਨਾਂ ਅੰਕੜਿਆਂ ਦਾ ਕੋਈ ਵੱਡੀ ਗੱਲ ਨਹੀਂ ਹੈਗੀ ਵੱਖ-ਵੱਖ ਪਲੇਟਫਾਰਮ ਮੌਜੂਦ ਨੇ अच्छा ਇਹਨਾਂ ਨੇ ਜਿਹੜੀ ਗੱਲ ਕਹੀ ਹੈ ਜੀ ਉਹ ਇਹ ਆ ਕਿ ਇਸ ਸਮੇਂ ਹਾਈ ਕੋਰਟ ਦੇ ਵਿੱਚ ਜੀ ਹਾਈ ਕੋਰਟ ਇੱਕ ਗੱਲ ਯਾਦ ਰੱਖੋ ਕਿ ਆਪਣਾ ਤਿੰਨਾਂ ਦਾ ਹੀ ਸਾਂਝਾ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਹਿ ਦਿੰਨੇ ਪਰ ਯੂਟੀਬੀ ਤੇ ਵਿੱਚ ਹੀ ਹੈ ਨਾ ਚੰਡੀਗੜ੍ਹ ਵਾਲੇ ਵਿੱਚ ਹੀ ਕਿਉਂਕਿ ਹੈ ਵੀ ਚੰਡੀਗੜ੍ਹ 'ਚ ਇੱਕ ਤਾਂ ਚਲੋ ਇਹ ਵੀ ਕਹਿ ਲਓ ਤੇ ਕੁੱਲਮ ਲਾ ਕੇ ਤਿੰਨਾਂ ਨੇ ਫੈਸਲਾ ਕਿਉਂਕਿ ਜਦੋਂ ਵੀ ਉੱਥੋਂ ਫੈਸਲਾ ਹੋਏਗਾ ਉਹ ਤਿੰਨਾਂ ਤੇ ਆਪਣੇ ਲਾਗੂ ਹੁੰਦਾ ਹੈ ਜੀ ਜੀ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਤਿੰਨਾਂ ਨੂੰ ਹੀ ਬਰਾਬਰ ਨੋਟਿਸ ਹੋ ਜਾਂਦਾ ਹੈ ਜਿਵੇਂ ਡਰੱਗ ਦਾ ਮੁੱਦਾ ਹੈ ਜੀ ਡਰੱਗ ਤੇ ਜਦੋਂ ਸੁਣਵਾਈ ਹੋ ਰਹੀ ਸੀਗੀ ਤੇ ਉਹਦੇ ਵਿੱਚ ਤਿੰਨੇ ਹੀ ਪਾਰਟੀਆਂ ਸਨ ਜੀ ਜਿਹੜੀ ਪਟੀਸ਼ਨ ਲੰਬੇ ਸਮੇਂ ਤੋਂ ਪੈਂਡਿੰਗ ਪਈ ਹੋਈ ਹੈ ਜੀ ਤਾਂ ਇਹਦੇ ਵਿੱਚ 487886 ਕੇਸ ਪੈਂਡਿੰਗ ਹਨ ਤੁਸੀਂ ਅੰਦਾਜ਼ਾ ਲਾ ਲਓ ਕਿ ਇੱਕ ਹਾਈ ਕੋਰਟ ਦੇ ਵਿੱਚ ਤਕਰੀਬਨ 4.5 ਲੱਖ ਜੀ ਮੁਕਦਮਾ ਜਿਹੜਾ ਉਹ ਬਾਕੀ ਹੈ ਪੈਂਡਿੰਗ ਕੇਸਾਂ ਵਿੱਚ ਘੱਟੋ ਘੱਟ 16633 ਯਾ ਕਹਿ ਲੋ ਕਿ 3.71% 20 ਤੋਂ 30 ਸਾਲ ਪੁਰਾਣੇ ਆ। ਅੱਛਾ ਜੀ 20 ਤੋਂ 30 ਸਾਲ ਪੁਰਾਣੇ। ਮਤਲਬ ਢਾਈ ਤਿੰਨ ਦਾ ਕਿ ਤਾਂ ਇਦਾਂ ਹੀ ਨਿਕਲ ਗਈ ਉਹਨਾਂ ਦੀ। ਤਿੰਨ ਦਾ ਹੱਦ ਵਿੱਚ ਹਾਂਜੀ ਹਾਂਜੀ ਜੀ। ਕਮਾਲ ਦੀ ਗੱਲ ਹੈ ਇਹ ਬਹੁਤ ਵੱਡੀ ਗੱਲ ਹੈ ਜੇ ਆਪਾਂ ਦੇਖੀਏ ਕਿ 30 ਸਾਲ ਪੁਰਾਣੇ ਕੇਸ ਜਿਹੜੇ ਆ 16633 ਤੱਕ ਗਿਣਤੀ ਹੈ ਉਹਨਾਂ ਦੀ ਜਿਹੜੇ 20 ਤੋਂ 30 ਸਾਲ ਤੱਕ ਦੇ ਆ। ਤੋ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨਗੀ ਹੁੰਦੀ ਹੈ ਕਿ ਇੰਨੇ ਕੇਸ ਆ ਔਰ ਇੰਨੇ ਕੇਸ ਔਰ ਜੇ ਤੁਸੀਂ ਦੇਖੋਗੇ 93137 ਤਰ੍ਹਾਂ ਦੇ ਕੇਸ ਆ ਜਿਹੜੇ 3 ਸਾਲ ਪੁਰਾਣੀ ਸ਼੍ਰੇਣੀ ਚ ਆਉਂਦੇ ਆ ਇੱਕ ਤੋਂ ਤਿੰਨ ਜੀ 90506 ਯਾਨੀ 20 ਪਰਸੈਂਟ ਜਿਲਾਈਏ ਤਾਂ 20 ਪਰਸੈਂਟ ਪਿਛਲੇ 3 ਤੋਂ 5 ਸਾਲਾਂ ਦੇ ਆ ਜੀ ਉਡੀਕ ਚਾ ਫੈਸਲੇ ਦੀ ਉਡੀਕ ਚ ਜਦੋਂ ਕਿ 118579 ਉਹ ਪਿਛਲੇ 5 ਤੋਂ 10 ਸਾਲਾਂ ਦੇ ਪੈਂਡਿੰਗ ਨੇ ਜੀ ਜਦ ਕਿ 94430 ਜੀ ਇਹ 10 ਤੋਂ 20 ਸਾਲ ਪੁਰਾਣੇ ਨੇ ਪੁਰਾਣੇ ਨੇ ਜੀ ਅੰਦਾਜ਼ਾ ਲਾ ਲਓ ਤੁਸੀਂ ਔਰ ਜਦੋਂ ਹੁਣ ਮੈਂ ਇਹਨਾਂ ਦੀ ਸਾਈਟ ਤੇ ਜਾ ਕੇ ਦੇਖਿਆ ਸੀ ਜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਸਾਈਟ ਤੇ ਜਾ ਕੇ ਕਿ ਇੱਥੇ ਆਪਣੀ ਜਿਹੜੀ ਸਟਰੈਂਥ ਹੈ ਟੋਟਲ ਅਪਰੂਵਡ ਉਹ 85 ਦੀ ਹੈ ਜੀ 64 ਪਰਮਨੈਂਟ ਤੇ 21 ਐਡੀਸ਼ਨਲ ਜੀ ਅਸ ਟਾਈਮ ਟੋਟਲ ਜਿਹੜੀ ਐਸ ਵਿਲੇ ਸਟਰੈਂਥ ਹੈ ਮੌਜੂਦਾ ਜੀ ਇਹ ਤਾਂ ਮਨਜ਼ੂਰशुदा ਹੈ ਨਾ 85 ਤਾਂ ਹਿਸਾਬ ਲਾ ਲੋ ਕਿ ਇਹ 39 ਪਰਮਨੈਂਟ ਤੇ 47 ਜਿਹੜੇ ਆ ਉਹ ਆਗੇ ਅਡੀਸ਼ਨਲ ਕਿੰਨੇ ਹੋਗੇ ਟੋਟਲ 66 ਜੀ ਹਿਸਾਬ ਲਾ ਲੋ ਤਕਰੀਬਨ 20 ਜੱਜ ਹਾਲੇ ਘਟਨੇ ਔਰ ਅਪ੍ਰੈਲ ਤੱਕ ਇਸੇ ਹੀ ਰਿਪੋਰਟ ਦੇ ਵਿੱਚ ਅੱਗੇ ਜ਼ਿਕਰ ਹੈ ਜਿਹੜੀ ਮੀਡੀਆ ਦੇ ਵਿੱਚ ਆਈ ਹੈ ਜੀ ਕਿ ਅਪ੍ਰੈਲ ਤੱਕ ਹੋਰ ਦਰਜਨ ਦੇ ਕਰੀਬ ਜੱਜ ਜਿਹੜੇ ਆ ਉਹ ਰਿਟਾਇਰ ਹੋ ਜਾਣਗੇ ਅੱਛਾ ਜੀ ਔਰ ਸਭ ਤੋਂ ਵੱਡੀ ਗੱਲ ਮੈਂ ਅੱਜ ਇੱਕ ਹੋਰ ਰਿਪੋਰਟ ਪੜ੍ਹ ਰਿਹਾ ਸੀਗਾ ਜਿਹਦੇ ਵਿੱਚ ਸੁਸ਼ੀਲ ਮੋਦੀ ਜਿਹੜੇ ਇਸ ਵੇਲੇ ਨਿਆਂਇਕ ਸਿਸਟਮ ਲਈ ਜੂ ਬਣਾਈ ਹੈ ਸੰਸਦੀ ਕਮੇਟੀ ਉਹਦੇ ਚੇਅਰਮੈਨ ਨੇ ਜੀ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਹਾਈ ਕੋਰਟ ਵਿੱਚ ਜੱਜਾਂ ਦੀ ਨਿਯੁਕਤੀ ਵਾਸਤੇ ਜੀ ਜੋ ਇਹਨਾਂ ਦਾ ਕਹ ਲਓ ਕਿ ਇੱਕ ਸਿਸਟਮ ਹੈ ਪ੍ਰੋਸੀਜਰ ਆਫ ਮੈਮੋਰੈਂਡਮ ਜੀ ਉਹਦੇ ਤੇ ਸਹਿਮਤੀ ਨਹੀਂ ਬਣੀ ਪਿਛਲੇ 7 ਸਾਲ ਤੋਂ ਪੈਂਡਿੰਗ ਆ ਉਹ ਨਿਯੁਕਤੀ ਵਾਸਤੇ ਸੁਪਰੀਮ ਕੋਰਟ ਤੇ ਸਰਕਾਰ ਇਹ ਕਮਾਲ ਦੀ ਗੱਲ ਹੈ ਸਹਿਮਤੀ ਨਹੀਂ ਬਣੇਗੀ ਫਿਰ ਭਰਤੀ ਕਿਦਾਂ ਹੋਏ ਤੇ ਤੁਹਾਨੂੰ ਪਤਾ ਹੀ ਹੈ ਕਿ ਉੱਤੇ ਕਿੰਨਾ ਰੌਲਾ ਚੱਲ ਰਿਹਾ ਹੈ ਨਾ ਜੀ ਕਾਲੀਜ਼ੀਅਮ ਸਿਸਟਮ ਨੂੰ ਲੈ ਕੇ ਕਿਰਨ ਰਜ਼ੀਜ਼ੂ ਦੇ ਬਿਆਨ ਧਨਕਰਤ ਸਾਹਿਬ ਦੇ ਬਿਆਨ ਸੁਸ਼ੀਲ ਮੋਦੀ ਸਾਹਿਬ ਦੇ ਬਿਆਨ ਯਾਨੀ ਕੇਂਦਰ ਸਰਕਾਰ ਤੇ ਸੁਪਰੀਮ ਕੋਰਟ ਦਾ ਇੱਕ ਬਰੋਬਰ ਟਕਰਾਅ ਚੱਲ ਰਿਹਾ ਇਸ ਮੁੱਦੇ ਤੇ ਜੀ ਸਰਕਾਰ ਕਹਿੰਦੀ ਹੈ ਕਿ ਕਾਲੀਜੀਅਮ ਸਿਸਟਮ ਬੰਦ ਹੋਣਾ ਚਾਹੀਦਾ ਜੀ ਸਾਡੇ ਕੋਲ ਆਪਣਾ ਜਿਹੜਾ ਉਹ ਇੱਕ ਇਹਨਾਂ ਨੇ ਵੈਸੇ ਲਿਆਂਦਾ ਸੀਗਾ ਕਿ ਜੁਡੀਸ਼ੀਅਲੀ ਜਿਹੜੀਆਂ ਨਿਯੁਕਤੀਆਂ ਹੋਣੀਆਂ ਜੀ ਉਹਦੇ ਵਾਸਤੇ ਸਾਡਾ ਇੱਕ ਅਲੱਗ ਤੋਂ ਢਾਂਚਾ ਹੋਣਾ ਚਾਹੀਦਾ ਜਿਹਦੇ ਵਿੱਚ ਕੁਝ ਸੁਪਰੀਮ ਕੋਰਟ ਦੇ ਨੁਮਾਇੰਦੇ ਹੋਣ ਕੋਈ ਸਰਕਾਰ ਵੱਲੋਂ ਨਿਯੁਕਤ ਕੀਤੇ ਜਾਣ ਜੀ ਇਸ ਤਰ੍ਹਾਂ ਦਾ ਸਾਨੂੰ ਸਿਸਟਮ ਬਣਾਉਣਾ ਚਾਹੀਦਾ। ਜੀ। ਤਾਂ ਮਤਲਬ ਕਿ ਜਦੋਂ ਇਸ ਤਰ੍ਹਾਂ ਦਾ ਟਕਰਾਅ ਦਾ ਮਾਹੌਲ ਉੱਤੇ ਆ। ਤਾਂ ਤੁਸੀਂ ਇਹ ਸਾਬ ਲਾ ਲੋ ਕਿ ਫਿਰ ਜੱਜਾਂ ਦੀਆਂ ਨਿਯੁਕਤੀਆਂ ਵਾਲਾ ਕੰਮ ਨੇਪਰੇ ਵੀ ਕਿਤਰਾ ਚੜੇਗਾ? ਜੀ। ਔਰ ਫਿਰ ਅੱਗੇ ਜਾ ਕੇ ਕੇਂਦਰ ਤੇ ਸੂਬਾ ਸਰਕਾਰਾਂ ਦਾ ਵੀ ਮਾਹੌਲ ਕੁਛ ਇਸੇ ਕਿਸਮ ਦਾ ਹੈ। ਜੀ। ਉਹ ਕਹਿੰਦੇ ਕਿ ਤੁਸੀਂ ਕਰੋ ਪਹਿਲਾਂ ਉਹ ਕਹਿੰਦੇ ਜੀ ਤੁਸੀਂ ਕਰੋ ਜੀ ਕੁਝ ਚੀਜ਼ਾਂ ਉਹਨਾਂ ਦੇ ਅਧਿਕਾਰ ਖੇਤਰ ਦੀਆਂ ਕੁਝ ਚੀਜ਼ਾਂ ਉਹਨਾਂ ਦੇ ਅਧਿਕਾਰ ਖੇਤਰ ਦੀਆਂ। ਜੀ। ਫਿਰ ਮੁਕਦਮੇਬਾਜ਼ੀ ਬਹੁਤ ਜ਼ਿਆਦਾ ਵੱਧ ਰਹੀ ਹੈ। ਔਰ ਹਾਈ ਕੋਰਟ ਦੇ ਵਿੱਚ ਮੁਕਦਮਿਆਂ ਦਾ ਅੰਬਾਰ ਲੱਗਣ ਦਾ ਮਤਲਬ ਕੀ ਹੈ? ਕਿ ਜਿਹੜਾ ਕੇਸ 20 ਤੋਂ 30 ਸਾਲ ਪੁਰਾਣਾ ਹੈ ਇਹਦਾ ਮਤਲਬ ਇਹ ਹੈ ਕਿ ਜਿਸ ਬੰਦੇ ਨੇ ਕ੍ਰਾਈਮ ਕੀਤਾ 20 ਸਾਲ ਦੀ ਉਮਰ ਦੇ ਵਿੱਚ ਅੱਜ ਮਤਲਬ ਕਿ 10 ਸਾਲ ਉਹਨੇ ਥੱਲੇ ਤੱਕੇ ਖਾਦੇ 30 ਸਾਲ ਤੋਂ ਉੱਥੇ ਵੇਟ ਕਰ ਰਿਹਾ 40 20 ਤੋਂ 40 ਪਲੱਸ ਕਿੰਨਾ ਹੋ ਗਿਆ 60 ਸਾਲ ਜੇ ਉਹਨੂੰ ਸਜ਼ਾ ਕੱਟਣੀ ਪੈਂਦੀ ਹੈ ਜੀ ਜੋ ਉਸ ਸਰੀਰ ਨੇ ਮੰਨ ਲਓ ਉਸ ਵੇਲੇ ਜਵਾਨੀ 'ਚ ਜਵਾਨੀ ਦੇ ਜੋਸ਼ 'ਚ ਗਲਤੀ ਕੀਤੀ ਹੈ ਉਹ ਜਵਾਨੀ ਨੂੰ سزا ਨਹੀਂ ਮਿਲੀ ਉਹ سزا ਉਹਦੇ ਬੁਢਾਪੇ ਨੂੰ ਮਿਲ ਗਈ ਜਿਹੜੀ ਦੁੱਗਣੀ سزا ਹੈ ਜੀ ਇਸ ਐਂਗਲ ਤੋਂ ਵੀ ਸੋਚ ਕੇ ਦੇਖੋ ਨਾ ਜੀ ਜੀ ਕਿ ਜਵਾਨੀ ਚ ਸਰੀਰਕ ਸਮਰੱਥਾ ਹੋਰ ਹੁੰਦੀ ਹੈ ਤਾਂ ਉਹਦੇ ਬੁਢਾਪੇ ਨੂੰ ਸਜ਼ਾ ਦੇ ਦਿੱਤੀ ਜਾਏਗੀ ਇਹੀ ਹਾਲ ਪੀੜ ਤਿਰਦਾ ਹੋਵੇਗਾ ਉਹਨੂੰ ਇਹ ਤਾਂ ਜਿਹੜਾ ਬੰਦਾ ਉਹ ਲਾਲੋ ਕੇ ਕੋਈ ਸਿਵਲ ਦਾ ਮਕਦਮਾ ਪਾ ਕੇ ਬੈਠਾ ਹੈ ਕੋਈ ਜ਼ਮੀਨੀ ਝਗੜਾ ਹੈ ਉਹਨੇ 50 ਸਾਲ 60 ਸਾਲ ਦੀ ਉਮਰ ਚ ਮਕਦਮਾ ਸਟਾਰਟ ਕੀਤਾ ਹੈ ਤਾਂ ਉਹ 25 ਸਾਲ ਪੁਰਾਣਾ ਹੋ ਜਾਂਦਾ ਹੈ ਤਾਂ ਪਹਿਲੀ ਗੱਲ ਤਾਂ ਉਹ ਆਪਣੇ ਜਿਉਂਦੇ ਜੀ ਨਿਆਂ ਤੱਕ ਆਪਣੇ ਆਪ ਨੂੰ ਪਹੁੰਚਦਾ ਹੀ ਨਹੀਂ ਵੇਖੇਗਾ ਜੀ ਜੇ ਨਿਆਂ ਮਿਲ ਵੀ ਗਿਆ ਤੇ ਮੜੀਆਂ ਤੇ ਰੱਖੋ ਕਿਉਂਕਿ ਉਹਦੋਂ ਤੱਕ ਉਹ ਫੌਤ ਹੋ ਗਿਆ ਜੀ 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 ਇਸੇ ਤਰ੍ਹਾਂ ਦੀ ਇੱਕ ਮਿਸਾਲ ਦੇ ਦਿੰਦਾ ਇੱਕ ਬਹੁਤ ਰਿਟਾਇਰਡ ਆਰਮੀ ਦੇ ਵੱਡੇ ਅਧਿਕਾਰੀ ਸੀਗੇ ਜੀ ਉਹਨਾਂ ਦਾ ਆਪਣੀ ਬਹੂ ਨਾਲ ਮਤਲਬ ਕਿ ਨੋ ਨਾਲ ਝਗੜਾ ਸੀਗਾ ਪੁੱਤ ਦੀ ਡੈਥ ਹੋ ਗਈ ਮਕਦਮਾ ਸੀਗਾ ਸ਼ਾਇਦ ਬੰਗਲੇ ਦਾ ਚੰਡੀਗੜ੍ਹ ਦੀ ਗੱਲ ਹੈ ਨਾਂ ਲੈਣ ਤੋਂ ਗਰੇਜ਼ ਕਰਾਂਗਾ ਤਾਂ ਉਹ ਜਿਹੜੇ ਸਰ ਸਨ ਉਹਨਾਂ ਨੇ ਆਪਣੇ ਹੱਕ ਵਾਸਤੇ ਕਿਉਂਕਿ ਉਹਨਾਂ ਨੂੰ ਆਪਣੀ ਹੀ ਪ੍ਰਾਪਰਟੀ ਚ ਵੇ ਦਖਲ ਕਰ ਦਿੱਤਾ ਗਿਆ ਕੱਢ ਦਿੱਤਾ ਗਿਆ ਭਾਬ ਜੀ ਉਹਨਾਂ ਨੇ ਇੱਕ ਲੜਾਈ ਲੜੀ ਲੜਾਈ ਜਿੱਤ ਲਈ ਪਰ ਜਿਸ ਦਿਨ ਲੜਾਈ ਜਿੱਤੀ ਗਈ ਉਸ ਦਿਨ ਉਹ ਸੰਸਾਰ ਚ ਨਹੀਂ ਸੀ ਰੁਲ ਕੇ ਮਰ ਗਏ ਇੱਕ ਆਰਮੀ ਦੇ ਸਾਬਕਾ ਅਫਸਰ ਦੀ ਗੱਲ ਫਿਰ ਜੀ ਜਿਸ ਤਰ੍ਹਾਂ ਕੀ ਕਰਨਾ ਮਿੰਟੂ ਫਿਰ ਉਹੀ ਹੈ ਨਾ ਸੋ ਇਹ ਚੀਜ਼ਾਂ ਜਿਹੜੀਆਂ ਨੇ ਦੇਖੋ ਮਸਲਾ ਕੀ ਹੈ ਆਮਨ ਸਾਹਿਬ ਕਿ ਇਨ੍ਹਾਂ ਚੀਜ਼ਾਂ ਤੇ ਆਪਾਂ ਕਲਾ ਜੁਡੀਸ਼ਰੀ ਦੇ ਸਿਸਟਮ ਨੂੰ ਉਹਨੂੰ ਬਲੇਮ ਨਹੀਂ ਕਰ ਸਕਦੇ ਜੀ ਬਹੁਤ ਸਾਰੀਆਂ ਚੀਜ਼ਾਂ ਹੁਣ ਜਿੱਦਾਂ ਹੇਠਲੀ ਅਦਾਲਤਾਂ ਉੱਥੇ ਜਾ ਕੇ ਪੁਲਿਸ ਨੇ ਪੇਸ਼ ਕਰਨੀਆਂ ਤਾਂ ਹੀ ਕਹਿ ਸਕੇ ਵਧੇਗਾ ਨਾ ਜੀ ਤਾਂ ਪੁਲਿਸ ਵਾਲਿਆਂ ਦੇ ਤਾਂ ਵਾਰੰਟ ਨਿਕਲਦੇ ਵੇਖਦੇ ਆਪਾਂ ਜੀ ਉਹ ਜਾਂਦੇ ਹੀ ਨਹੀਂ ਕੇਸ ਦੇ ਵਿੱਚ ਕਿਉਂਕਿ ਅੱਗੇ ਉਹਨਾਂ ਨੂੰ ਪੁੱਛੋਗੇ ਉਹ ਕਹਿੰਦੇ ਕਰੀਏ ਕੀ ਥਾਣੇ ਦੇ ਵਿੱਚ ਛੇ ਆਈਓ ਹੈ ਤੇ ਦਿਨ ਭਰ ਤੁਸੀਂ ਦੇਖ ਲਓ ਕਿ ਮੁਕਦਮਿਆਂ ਦੀ ਪੈਂਡੈਂਸੀ ਕਿੱਥੇ-ਕਿੱਥੇ ਕੋਈ ਲਖਨਊ ਤੋਂ ਰਿਆ ਫਿਰਦਾ ਕੋਈ ਚੰਡੀਗੜ੍ਹ ਤੋਂ ਰਿਆ ਫਿਰਦਾ ਕੀ ਕਰੀਏ ਭਾਈ ਜੀ ਤੋਂ ਇਹ 올ਰਾਊਂਡੀ ਇਹ ਤੁਸੀਂ ਦੇਖੋਗੇ ਸਾਰੇ ਪਾਸੇ ਚੁਫੇਰੀ দরকার ਹੈ ਨਾ ਚੀਜ਼ਾਂ ਨੂੰ ਠੀਕ ਕਰਨ ਦੀ ਦੁਰਸਤ ਕਰਨ ਦੀ ਬਿਲਕੁਲ ਬਿਲਕੁਲ ਜੀ ਬਿਲਕੁਲ ਠੀਕ ਹੈ ਕਿ ਜੁਡੀਸ਼ੀਅਲ ਦੇ ਵਿੱਚ ਵੀ ਕਮੀਆਂ ਹੋਣਗੀਆਂ ਬਹੁਤ ਸਾਰੀਆਂ ਹੋਣਗੀਆਂ ਪਰ ਉਹ ਦੂਰ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਸਭ ਨੂੰ ਜ਼ਰੂਰਤ ਹੈ